ਮਾਧਵੀ ਬੁੱਚ ਹੋਰਾਂ ਨਾਲ, ਕਹਿੰਦੇ ਕਿ ਭਾਈ ਉਹਨਾਂ ਨੇ ਵੀ ਦੋਨੇ ਪਾਸਿਓਂ ਜਿਵੇਂ ਕਹਿੰਦੇ ਹੁੰਦੇ ਮਲਾਈ ਖਾਧੀ, ਉੱਧਰੋਂ ਸੇਬੀ ਵਾਲੇ ਪਾਸੇ ਵੀ, ਉੱਧਰ ਪਹਿਲਾਂ ਵਾਲੀ ਜਿਹੜੀ ਆਪਦਾ ਜਿੱਥੇ ਉਹ ਅਧਿਕਾਰ ਤੌਰ 'ਤੇ ਸੀਗੇ ਉੱਧਰ ਵਾਲੇ ਪਾਸਿਓਂ ਵੀ ਉਹਨਾਂ 'ਤੇ ਇਲਜ਼ਾਮ ਲੱਗ ਰਹੇ ਨੇ। ਕੀ ਮਸਲਾ ਹੈ ਜੀ ਪੂਰਾ ਉਹਨਾਂ ਦਾ? ਦੇਖੋ, ਸੇਬੀ ਦੇ ਚੀਫ ਜੋ ਇਹ ਆ ਬੀਬੀ ਮਾਧਵੀ ਬੁੱਚ, ਇਹਨਾਂ ਦਾ ਮੈਨੂੰ ਨਹੀਂ ਲੱਗਦਾ ਕਿ ਖਹਿੜਾ ਐਡੀ ਆਸਾਨੀ ਨਾਲ ਛੁੱਟ ਜਾਏਗਾ। ਕੱਲ੍ਹ ਕਾਂਗਰਸ ਨੇ, ਠੀਕ ਇਸ ਵੇਲੇ ਜਦੋਂ ਮੈਂ ਬਾਹਰ ਨਿਕਲਿਆ ਤਾਂ ਉਹਨਾਂ ਦੀ ਪੀਸੀ ਚੱਲ ਰਹੀ ਸੀ ਲਾਈਵ, ਮੈਂ ਜਾਂਦੇ ਜਾਂਦੇ ਨੇ ਵੇਖੀ ਆ ਉਹ ਜੀ। ਉਹਦੇ 'ਚ ਉਹਨਾਂ ਦੇ ਬਹੁਤ ਹੀ ਪੜ੍ਹੇ ਲਿਖੇ ਤਰਜਮਾਨ ਆ ਪਵਨ ਖੇੜਾ, ਹਾਂਜੀ, ਉਹਨਾਂ ਨੇ ਜਿਸ ਤਰ੍ਹਾਂ ਸਾਰੇ ਤੱਥ ਕੱਢ ਕੇ ਰੱਖਤੇ ਕਿ ਇਹ ਬੀਬੀ ਜਦੋਂ ਫੁੱਲ ਟਾਈਮ ਮੈਂਬਰ ਬਣ ਗਈ ਸੇਬੀ ਦੀ, ਮਤਲਬ ਕਿ ਸੇਬੀ ਦੀ ਚੇਅਰ ਇਹਨੇ ਗ੍ਰਹਿਣ ਕਰ ਲਈ, ਬਾਵਜੂਦ ਇਸ ਦੇ ਇਹ ICICI ਬੈਂਕ ਤੋਂ ਫਾਇਦੇ ਲੈਂਦੀ ਰਹੀ ਆ ਜੀ, ਅਤੇ ਟੋਟਲ ਫਾਇਦਾ ਜਿਹੜਾ ਉਹ ਲਗਭਗ 16.5 ਕਰੋੜ ਦਾ ਬਣਦਾ ਹੈ ਕਿ ਇਹਨੇ ਇਹਨੇ ਬੈਨੀਫਿਟ ਲੈ ਲਏ ਨੇ ਜੀ ICICI ਤੋਂ। ICICI ਕਹਿੰਦਾ ਆ ਕਿ ਬਈ ਜੋ ਰਿਟਾਇਰਮੈਂਟ ਤੋਂ ਬਾਅਦ ਰਿਟਾਇਰਮੈਂਟਲ ਬੈਨੀਫਿਟਸ ਕਹਿ ਲਓ ਉਹਨੂੰ ਜੀ ਜੀ, ਕਿ ਉਹ ਦਿੱਤੇ ਆ ਸੀ, ਪਰ ਕਮਾਲ ਦੀ ਗੱਲ ਇਹ ਆ ਕਿ ਸੇਬੀ ਵਰਗਾ ਅਹੁਦਾ ਜਿਹੜਾ ਜੀ ਬੀਬੀ ਕੋਲ, ਉਹ ਜਿਹੜੇ ਰਿਟਾਇਰਮੈਂਟ ਵਾਲੇ ਫਾਇਦੇ ਕਹਿ ਰਹੇ ਆ, ਸੇਬੀ ਵਾਲੀ ਸੀਟ ਤੋਂ ਜੋ ਉਹਨਾਂ ਨੂੰ ਪ੍ਰਾਪਤ ਹੋ ਰਿਹਾ ਸੀ ਜੀ, ਉਹਦੇ ਤੋਂ ਤਾਂ 4-5 ਗੁਣਾ ਜ਼ਿਆਦਾ। ਕੀ ਬਾਤ, ਮਤਲਬ ਕਿ ਰਿਟਾਇਰਮੈਂਟ ਮੈਟਰ ਕਰ, ਫਿਰ ਬੀਬੀ ਨੂੰ ਇੱਥੇ ਆਉਣ ਦੀ ਕੀ ਲੋੜ ਸੀ? ਕਿਉਂਕਿ ਰਿਟਾਇਰਮੈਂਟਲ ਬੈਨੀਫਿਟ ਜੋ ਇੰਨੇ ਆ ਜੀ, ਅਤੇ ਮੌਜੂਦਾ ਫਿਰ ਪੈਕੇਜ ਕਿੱਡਾ ਹੋਏਗਾ? ਬਿਲਕੁਲ ਹਜ਼ੂਰ, ਇੱਕ ਕੱਲ੍ਹ ਹੋਰ ਗੱਲ ਵਾਪਰੀ ਆ ਜਿਹਦੇ ਵੱਲ ਲੋਕਾਂ ਨੇ ਧਿਆਨ ਨਹੀਂ ਦਿੱਤਾ। ਜੀ ਨੈੱਟਵਰਕ ਦੇ ਜਿਹੜੇ ਕਰਤਾ ਧਰਤਾ ਨੇ ਉਹਨੇ ਸੁਭਾਸ਼ ਚੰਦਰਾ ਜੀ ਭਾਜਪਾ ਵੱਲੋਂ ਰਾਜ ਸਭਾ ਦੇ ਮੈਂਬਰ ਰਹਿ ਚੁੱਕੇ ਆ, ਅੱਜ ਕੱਲ੍ਹ ਉਹ ਜਿਵੇਂ ਹੰਸਰਾਜ ਹੰਸ ਨੇ ਗਾਇਆ ਸੀ ਨਾ, ਸਾਡੇ ਕੋਲੋਂ ਦੂਰ ਦੂਰ ਰਹਿੰਦੇ ਹੋ, ਅੱਜ ਕੱਲ੍ਹ ਸੁਣਿਆ ਫਤੂਰ ਵਿੱਚ ਰਹਿੰਦੇ ਹੋ, ਅੱਜ ਕੱਲ੍ਹ ਉਹ ਭਾਜਪਾ ਤੋਂ ਦੂਰ ਦੂਰ ਰਹਿੰਦੇ ਆ ਥੋੜ੍ਹੇ। ਬਿਲਕੁਲ, ਉਹਨਾਂ ਨੇ ਤਾਂ ਇੱਕ ਹੋਰ ਖੁਲਾਸਾ ਕੀਤਾ, ਉਹ ਕਹਿੰਦੇ ਕਿ ਜੋ ਮੇਰੇ ਖਿਲਾਫ 2000 ਕਰੋੜ ਦਾ ਮਾਮਲਾ ਚੱਲ ਰਿਹਾ ਸੀਗਾ ਜੀ ਸੇਬੀ ਦੀ ਨਿਗਰਾਨੀ ਹੇਠ, ਮਨਜੀਤ ਸਿੰਘ ਨਾਂ ਦਾ ਇੱਕ ਸ਼ਖਸ ਆ ਕੇ ਸਿੱਧੀ ਕਹਾਣੀ ਦੱਸਦਾ ਕਿ ਨਿਬੇੜਾ ਕਰਾ ਦਿੰਦੇ ਹਾਂ, ਲਿਆ ਦੱਸ ਕਿੰਨੀ ਰਕਮ ਦੇਵੇਗਾ। ਬਿਲਕੁਲ, ਅਤੇ ਚੰਦਰਾ ਨੇ ਕਿਹਾ ਕਿ ਸੇਬੀ ਦਾ ਕਾਰਜਭਾਰ ਸੰਭਾਲਣ ਤੋਂ ਬਾਅਦ ਜੀ ਇਸ ਬੀਬੀ ਦੀ ਜਿਹੜੀ ਇਨਕਮ ਸੀ ਜੋ 1 ਕਰੋੜ ਰੁਪਈਆ ਸਾਲਾਨਾ ਦਿਖਾਈ ਜਾ ਰਹੀ ਸੀ ਕਾਗਜ਼ਾਂ 'ਚ, ਉਹ 40-50 ਕਰੋੜ ਕਿਵੇਂ ਹੋ ਗਈ ਸਾਲਾਨਾ? ਫਿਰ ਤਾਂ ਸਵਾਲ ਬਣਦੇ ਹੀ ਹੈ ਜੀ। ਸਵਾਲ ਨਹੀਂ, ਇਹ ਤਾਂ ਬਵਾਲ ਬਣਦੇ, ਬਵਾਲ ਤਾਂ ਬਣੇ ਆ। ਤਾਂ ਗੱਲ ਇਹ ਆ ਕਿ ਉਹ ਕਹਿੰਦੇ ਆ ਕਿ ਬਈ ਇਹ ਸਾਰਾ ਕੁਝ ਚੈੱਕ ਕਰੋ ਜੀ ਕਿ ਕਿਹੜੇ ਕਿਹੜੇ ਕਾਰਪੋਰੇਟ ਘਰਾਨਿਆਂ ਦੇ ਮਾਮਲੇ ਇਸ ਦਰਮਿਆਨ ਨਿਬੜੇ ਆ, ਯਾਨੀ ਦੇਖੋ ਬੀਬੀ ਬੁੱਚ ਵਾਸਤੇ ਤੇ ਹੁਣ 4 ਛਫੇਰਿਓਂ ਜਿੱਦਾਂ ਕਹਿ ਲਈਏ ਨਾ ਕਿ ਵੀ ਝਾਂਬਾ ਪੈਣ ਡਿਆ ਜੀ ਜੀ, ਝੰਬੇ ਜਾ ਰਹੇ ਆ ਉਹ, ਹਿੰਡਨ ਵਰਗ ਤੇ ਉਹ ਖੜਾ ਨਹੀਂ ਛੱਡਣ ਡਿਆ ਜੀ, ਉਧਰੋਂ ਕਾਂਗਰਸੀ ਲੈ ਆਇਆ ਕੱਢ ਕੇ ਸਾਰਾ ਕਾਗਜ਼ ਪੱਤਰੀ ਪ੍ਰੋਗਰਾਮ, ਇਧਰੋਂ ਚੰਦਰਾ ਆ ਗਿਆ ਚੰਦਰਾ ਬਣ ਕੇ। ਬਿਲਕੁਲ, ਉਹਨੇ ਵੀ ਕਹਿ ਦਿੱਤਾ ਕਿ ਬਈ ਮੇਰਾ ਜਿਹੜਾ ਮਾਮਲਾ ਸੀ ਉਹਨੂੰ ਨਿਬੇੜਨ ਵਾਸਤੇ ਮੈਨੂੰ ਤੇ ਡੀਲ ਪ੍ਰਪੋਜ਼ ਹੋਈ ਆ ਜੀ ਜੀ ਜੀ, ਤੇ ਇਹ ਕਹਿ ਲਓ ਕਿ ਹੁਣ ਸਿੱਧਾ ਮਾਮਲਾ ਜੁੜਦਾ ਸਾਹਿਬ ਜਾ ਕੇ ਮੋਦੀ ਸਾਹਿਬ ਨਾਲ, ਮੋਦੀ ਸਾਹਿਬ ਨਾਲ ਇਉਂ ਜੁੜਦਾ ਕਿਉਂਕਿ ਉਹਨਾਂ ਦੇ ਜਗਾੜੂ ਚਨਕਿਆ ਅਤੇ ਉਹ ਖੁਦ 56 ਇੰਚੀ, ਇਹਨਾਂ ਨੇ ਤੇ ਸੇਬੀ ਦਾ ਚੇਅਰਪਰਸਨ ਚੁਣਨਾ ਹੁੰਦਾ, ਚੁਣਨਾ ਹੁੰਦਾ। ਬਿਲਕੁਲ, ਕਿਉਂਕਿ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਇਹਨਾਂ ਦੀ ਅਗਵਾਈ ਵਾਲੀ ਕਮੇਟੀ ਜਿਹੜੀ ਆ
ਉਹ ਚੇਅਰਪਰਸਨ ਚੁਣਦੀ ਹੈ ਜੀ। ਤਾਂ ਇਹਦਾ ਮਤਲਬ ਆ ਕਿ ਬਈ ਜਵਾਬਦੇਹ ਤਾਂ ਉਹ ਨੇ। ਬਿਲਕੁਲ। ਤਾਂ ਕੀ ਇੰਨੇ ਸਾਰੇ ਮੁੰਦੇ? ਅੱਛਾ, ਹਿੰਡਨਬਰਗ ਨੂੰ ਤਾਂ ਕਹੀ ਜਾਂਦੇ ਸੀ ਇਹ ਦੇਸ਼ ਵਿਰੋਧੀ ਆ, ਭਾਰਤ ਵਿਰੋਧੀ ਆ, ਤੇ ਹੁਣ ਚੰਦਰੇ ਹੋਰੀ ਵੀ ਭਾਰਤੀ ਵਿਰੋਧੀ ਹੋ ਗਏ ਆ ਜੀ। ਕਾਂਗਰਸੀਆਂ ਨੂੰ ਵੀ ਤੁਸੀਂ ਕਹਿ ਸਕਦੇ ਹੋ, ਬਿਲਕੁਲ, ਜਿਹੜਾ ਤੁਹਾਡਾ ਰਾਜ ਸਭਾ ਦਾ ਮੈਂਬਰ ਰਿਹਾ ਕਿ ਉਹ ਵੀ ਭਾਰਤ ਵਿਰੋਧੀ ਹੋ ਗਿਆ। ਬਿਲਕੁਲ, ਸਵਾਲ ਵੱਡੇ ਨੇ ਸਾਹਿਬ ਜੀ ਜੀ ਬਿਲਕੁਲ ਬਿਲਕੁਲ। ਮੈਡਮ ਜੀ, ਕੁਲਦੀਪ ਸਿੰਘ ਗਰੇਵਾਲ ਜੀ ਵੀ ਦੱਸ ਰਹੇ ਨੇ ਕਿ ICIC ਦੇ ਵਿੱਚੋਂ ਵੀ ਸੈਲਰੀ ਲੈਂਦੀ ਰਹੀ ਆ, ਉਹ ਸੈਲਰੀ ਕੀ ਕਰੋੜਾਂ ਰੁਪਇਆ ਉਹਨਾਂ ਨੇ ਬਾਅਦ ਦੇ ਵਿੱਚ? ਸੈਲਰੀ ਉਹ ਲੈ ਨਹੀਂ ਨਾ ਸਕਦੀ। ਹੁਣ ਉਹ ਕਹਿ ਰਿਹਾ ਕਿ ਰਿਟਾਇਰਮੈਂਟਲ ਬੈਨੀਫਿਟਸ ਜੀ, ਜਦਕਿ ਜਦੋਂ ਤੁਸੀਂ ਇੱਕ ਥਾਂ ਤੋਂ ਤਨਖਾਹ ਪ੍ਰਾਪਤ ਕਰਨ ਲੱਗ ਪਏ, ਫਰਜ਼ ਕਰੋ ਕਿ ਹੁਣ ਤੁਸੀਂ ਇਸ ਸੰਸਥਾ 'ਚ ਬੈਠੇ ਹੋ, ਤੁਸੀਂ ਬੈਂਕ ਨੂੰ ਰੈਗੂਲੇਟ ਕਰਨਾ, ਤੁਸੀਂ ਉਹ ਚੇਅਰ ਸੰਭਾਲ ਲਈ, ਤਾਂ ਫਿਰ ਤੁਸੀਂ ਬੈਂਕ ਮੈਨੇਜਰ ਹੀ ਕਿਵੇਂ ਕਰੋਗੇ ਨਾਲ? ਤੇ ਜੇ ਕਰੋਗੇ ਉਹਦੇ ਬੈਨੀਫਿਟਸ ਲਾਉਂਗੇ ਤਾਂ ਕੀ ਉਸ ਬੈਂਕ ਨੂੰ ਫਾਇਦਾ ਨਾ ਪਹੁੰਚੇਗਾ? ਬਿਲਕੁਲ। ਤੇ ICICI ਉਹ ਬੈਂਕ ਹੈ ਚੰਦਾ ਕੋਚਰ ਦਾ, ਜਿੱਥੇ ਕਮਾਲ ਹੋਇਆ ਸੀ। ਗੂਗਲ ਕਰੋ, ਗੂਗਲ ਜੀ, ਚੰਦਾ ਕੋਚਰ ਜਿਨ੍ਹਾਂ ਨੇ ਧੂਤ ਹੋਰਾਂ ਨੂੰ ਫਾਇਦਾ ਪਹੁੰਚਾਇਆ ਸੀ ਮਾਮਲਾ 'ਚ, ਇਹ ਅੰਦਰ ਰਹਿ ਕੇ ਆਈ ਬੀਬੀ ਚੰਦਾ ਕੋਚਰ, ਇਹ ਬੀਬੀ ਤੇ ਬੀਬੀ ਸਹੇਲੀਆਂ ਨੇ। ਅਸੀਂ ਤੇ ਹੁਣ ਸਭ ਕੁਝ ਜਾਣਦੇ ਹਾਂ, ਸਭ ਜਾਣਦੇ ਹਾਂ ਜੀ। ICICI ਇੱਕ ਬਹੁਤ ਵੱਡਾ ਕਹਿ ਲਓ ਕਿ ਘਪਲਾ ਹੋਇਆ ਸੀਗਾ, ਉਹਦੇ ਵਿੱਚ ਵੀ ਇਹੀ ਹੋਇਆ ਸੀਗਾ ਨਾ, ਚੰਦਾ ਕੋਚਰ ਦਾ ਪਤੀ ਉਹਨਾਂ ਕੰਪਨੀਆਂ ਦਾ ਜਾ ਕੇ ਮਾਲਕ ਬਣ ਗਿਆ ਜਿਹਨਾਂ ਨੂੰ ਜਾ ਕੇ ਇਹਨਾਂ ਨੇ ਲੋਨ ਦਿੱਤਾ ਸੀ 3-4 ਹਜ਼ਾਰ ਕਰੋੜ ਦਾ। ਗੇਮਾਂ ਚੱਲਦੀਆਂ ਨੇ ਸਰ। ਬਿਲਕੁਲ, ਇਹ ਵੀ ਮਾਮਲਾ ਉਵੇਂ ਹੀ ਗੋਲਮੋਲ ਹੋਇਆ, ਗੋਲਮੋਲ ਗੋਲਮੋਲ, ਜਲੇਬੀ ਆ ਜਲੇਬੀ ਜਲੇਬੀ।